ਅਮਰਿਤਪਾਲ ਸਿੰਘ ਦੇ ਨਾਲ-ਨਾਲ ਜੇਲ੍ਹ ਦੇ ਵਿੱਚ ਬੰਦ 8 ਬੰਦੇ ਉਸਦੇ ਘਰ ਦੇ ਵਿੱਚ ਆ ਗਏ ਨੇ ਹਾਲਾਂਕਿ ਕੀ ਸੱਚ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਨਾਲ ਜਿਹੜੇ ਹੋਰ ਨੌਜਵਾਨ ਨੇ ਉਹ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਅਮਰਿਤਪਾਲ ਸਿੰਘ ਦੇ ਨਾਲ ਕੀ ਕੀ ਡਿਬਰੂਗੜ ਜੇਲ੍ਹ ਦੇ ਵਿੱਚ ਹੋ ਰਿਹਾ ਹੈ ਰਿਹਾਈ ਨੂੰ ਲੈ ਕੇ ਕੀ ਅਪਡੇਟ ਹੈ ਅਮਰਿਤਪਾਲ ਦੇ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਜਰੂਰ ਸਾਂਝਾ ਕਰਾਂਗੇ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਅਮਰਿਤਪਾਲ ਸਿੰਘ ਬਾਰੇ ਦਾ ਇੰਡੀਅਨ ਐਕਸਪ੍ਰੈਸ ਦੁਆਰਾ ਐਕਸਪ੍ਰੈਸ ਕੀਤੇ ਗਏ ਕੇਂਦਰੀ ਅਧਿਕਾਰੀਆਂ ਦੁਆਰਾ ਉਹਨਾਂ ਦੀ ਪੁੱਛਗਿੱਛ ਦੇ ਵੇਰਵਿਆਂ ਨੇ ਇਸ ਗੱਲ ਤੇ ਰੌਸ਼ਨੀ ਪਾਈ ਹੈ ਕਿ ਕਿਵੇਂ ਪੁਰਸ਼ਾਂ ਨੂੰ ਕਠੜਪੰਤੀ ਸਿੱਖ ਸਵੈ ਸ਼ੈਲੀ ਵਾਲੇ ਪ੍ਰਚਾਰਕ ਦੇ ਘੇਰੇ ਵਿੱਚ ਖੇਚਿਆ ਗਿਆ ਸੀ ਅਮਰਿਤਪਾਲ ਦਾ ਕੀ ਵਿਸ਼ੇਸ਼ ਰੋਲ ਰਿਹਾ ਹੈ WhatsApp ਤੋਂ ਸੋਸ਼ਲ ਮੀਡੀਆ ਤੇ ਵਿਅਕਤੀਗਤ ਤੌਰ ਤੇ ਜਾਂ ਫਿਰ ਨੌਕਰੀ ਰਾਹੀਂ ਵਾਰਸ ਪੰਜਾਬ ਜਥੇਬੰਦੀ ਦਾ ਮੁਖੀ ਅਮਰਿਤਪਾਲ ਸਿੰਘ ਨਾਲ ਗੱਥਿਤ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ 8 ਵਿਅਕਤੀਆਂ ਵੱਖੋ-ਵੱਖਰੇ ਤਰੀਕਿਆਂ ਨਾਲ ਉਸ ਦੀ ਜ਼ਿੰਦਗੀ ਦੇ ਵਿੱਚ ਆਏ ਨੇ ਦਾ ਇੰਡੀਅਨ ਐਕਸਪ੍ਰੈਸ ਦੇ ਦੁਆਰਾ ਐਕਸੈਸ ਕੀਤੇ ਗਏ ਕੇਂਦਰੀ ਅਧਿਕਾਰੀਆਂ ਦੁਆਰਾ ਉਹਨਾਂ ਦੀ ਪੁੱਛਗਿੱਛ ਦੇ ਵੇਰਵਿਆਂ ਨੇ ਇਸ ਗੱਲ ਤੇ ਚਾਨਣਾ ਪਾਇਆ ਹੈ ਕਿ ਕਿਵੇਂ ਪੁਰਸ਼ਾਂ ਨੂੰ ਕੱਟੜਪੰਥੀ ਸਿੱਖ ਸਵੈ ਸ਼ੈਲੀ ਵਾਲੇ ਪ੍ਰਚਾਰਕ ਦੇ ਚੱਕਰ ਵਿੱਚ ਖਿੱਚਿਆ ਗਿਆ ਸੀ ਕੁਝ ਉਪਾਅ ਦੇ ਵਿੱਚ ਵੀ ਨਜ਼ਰ ਆਏ ਨੇ ਦਲਜੀਤ ਸਿੰਘ ਕਲਸੀ ਉਰਫ ਸਰਪਜੀਤ ਸਿੰਘ ਕਲਸੀ ਜਿਸ ਦੀ ਉਮਰ 52 ਸਾਲ ਹੈ ਕਲਸੀ ਦਾ ਮੰਨਣਾ ਹੈ ਕਿ ਅੱਜ ਪੰਜਾਬ ਵਿੱਚ ਪੰਜ ਮੁੱਦੇ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ ਸ਼ਰਾਬ ਦੀ ਵਿਕਰੀ ਜਿਸ ਤੇ ਗੁજરાਤ ਵਾਂਗ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਸਿੱਖਾਂ ਲਈ ਮੈਰਿਜ ਐਕਟ ਉਲਝਣਾ ਰਾਜ ਸਰਕਾਰ ਦੀਆਂ ਨੌਕਰੀਆਂ ਵਿੱਚ ਪੰਜਾਬੀ ਨੌਜਵਾਨਾਂ ਲਈ ਕੋਟਾ ਤਰਜੀਹ ਬੇਅਦਵੀ ਵਿਰੋਧ ਸਖਤ ਕਾਨੂੰਨ ਅਤੇ ਦਰਿਆਈ ਪਾਣੀ ਦੇ ਵਿਵਾਦ ਦਾ ਹੱਲ ਹੋਣਾ ਚਾਹੀਦਾ ਹੈ ਲਗਾਤਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਲਗਾਤਾਰ ਉਸ ਦਾ ਇਹ ਵਿਸ਼ਵਾਸ ਕਿ ਵੱਖਰੀ ਲਹਿਰ ਦੀ ਲੋੜ ਹੈ ਅਮਰਿਤਪਾਲ ਦੇ ਸ਼ਬਦਾਂ ਵਿੱਚ ਗੂੰਜ ਮਿਲਦੀ ਹੈ ਜਦ ਤੱਕ ਅਮਰਿਤਪਾਲ ਸਿੰਘ ਗੂੰਜਦੇ ਰਹਿਣਗੇ ਤਦ ਤੱਕ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਦਲਜੀਤ ਕਲਸੀ ਨੇ ਵੱਡੇ ਪੈਮਾਨੇ ਤੇ ਕੁਝ ਚੀਜ਼ਾਂ ਸਾਫ਼ ਕਰਕੇ ਦਿਖਾਈਆਂ ਨੇ ਹਾਲਾਂਕਿ ਅਮਰਿਤਪਾਲ ਸਿੰਘ ਦੇ ਮਾਮਲੇ ਤੇ ਦਲਜੀਤ ਕਲਸੀ ਕਾਫੀ ਜ਼ਿਆਦਾ ਆਪਣੇ ਵੱਲੋਂ ਦਰਸਾ ਰਿਹਾ ਹੈ ਦਲਜੀਤ ਕਲਸੀ ਦਾ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਮਾਮਲੇ ਦੇ ਉੱਤੇ ਲਗਾਤਾਰ ਕੁਝ ਚਰਚਾਵਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਉਹਨਾਂ ਨੇ ਆਪਣੇ ਵੱਲੋਂ ਕੁਝ ਭੇਦ ਵੀ ਜਿਹੜੇ ਨੇ ਉਹ ਖੋਲਣਾ ਕੀਤੇ ਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਜਿੱਥੇ ਉਸ ਦੇ ਸਾਥੀ ਵੀ ਬਿਆਨ ਕਰ ਰਹੇ ਨੇ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਸਾਥੀਆਂ ਨੇ ਇਹ ਸਭ ਕੁਝ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਆਪਣੇ ਲਈ ਨਹੀਂ ਕੌਮ ਲਈ ਦੂਜਿਆਂ ਲਈ ਮੰਨ ਰਹੇ ਨੇ ਮੰਗਾ ਰੱਖ ਰਹੇ ਨੇ ਸਰਕਾਰ ਦੇ ਨਾਲ ਕੋਈ ਖਾਸ ਤੌਰ ਤੇ ਵਿਵਾਦ ਨਹੀਂ ਹੈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਉਸ ਦੇ ਸਾਥੀਆਂ ਨੇ ਖੁਲਾਸਾ ਕੀਤਾ ਹੈ ਕਿ ਅਮਰਿਤਪਾਲ ਸਿੰਘ ਲਗਾਤਾਰ ਜਿੱਥੇ ਕੌਮਲੀ ਚੱਲਿਆ ਤੇ ਅੱਜ ਉਸ ਨੂੰ ਸਿਲਸਿਲਾ ਜੇਲ ਮਿਲੀ ਹੈ ਤੇ ਹਾਲਾਂਕਿ ਅਮਰਿਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ ਆਪਣੀ ਰਿਹਾਈ ਨੂੰ ਲੈ ਕੇ ਵੀ ਉਹ ਮੰਗ ਕਰ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਦੇਸ਼ ਵਿਰੋਧੀ ਕਿਸੇ ਤਾਕਤ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਨਾ ਹੀ ਸਾਡਾ ਕੰਟੈਕਟ ਰਿਹਾ ਪਰ ਸਾਨੂੰ ਜੇਲ ਦੇ ਵਿੱਚ ਰੱਖ ਕੇ ਅੱਜ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਅਸੀਂ ਅਪਰਾਧੀ ਆ ਬਿਨਾ ਕਿਸੇ ਸਬੂਤ ਦੇ ਸਾਨੂੰ ਅੱਜ ਇਹ ਸਾਰੀਆਂ ਚੀਜ਼ਾਂ ਮਿਲੀਆਂ ਨੇ ਹਾਲਾਂਕਿ ਸਾਡਾ ਜਦ ਕੇ ਕਸੂਰ ਬਿਲਕੁਲ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਗੌਰ ਜਿਹੜੀ ਹੈ ਦੁਬਾਰਾ ਤੋਂ ਹੋਣੀ ਚਾਹੀਦੀ ਹੈ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਲਗਾਤਾਰ ਆਪਣੇ ਵੱਲੋਂ ਇੱਕ ਮੰਗ ਰੱਖੀ ਹੈ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਹੈ ਤੇ ਲਗਾਤਾਰ ਜਿੱਥੇ ਇਹ ਸਾਰੀਆਂ ਚੀਜ਼ਾਂ ਬਿਲਕੁਲ ਚਰਚਾ ਦਾ ਵਿਸ਼ਾ ਨੇ ਉੱਥੇ ਹੀ ਇੱਕ ਵੱਡੀ ਅਪਡੇਟ ਜਿਹੜੀ ਹੈ ਇਹ ਵੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਐਨਐਸਏ ਨੂੰ ਚੁਣੌਤੀ ਦੇਣ ਦੀ ਤਿਆਰੀ ਵੀ ਖਿੱਚ ਲਈ ਗਈ ਹੈ। ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਤੇ ਲਗਾਏ ਗਏ ਤੇ ਉਸਦੇ ਸਾਥੀਆਂ ਤੇ ਲਗਾਏ ਗਏ ਐਨਐਸਏ ਨੂੰ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਤੋਂ ਬਾਅਦ ਐਨਐਸਏ ਨੂੰ ਚੁਣੌਤੀ ਦੇਣ ਲਈ ਪਟੀਸ਼ਨਾਂ ਦਾਇਰ ਕੀਤੀਆਂ ਜਾਣਗੀਆਂ ਵਕੀਲਾਂ ਨੇ ਅਮਰਿਤਪਾਲ ਦੇ ਪੰਜ ਸਾਥੀਆਂ ਤੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਦਾਇਰ ਰਿਟ ਪਟੀਸ਼ਨ ਜਿਹੜੀ ਹੈ ਉਹ ਵਾਪਸ ਲੈ ਲਈ ਹੈ ਇਸ ਦਾ ਕਾਰਨ ਵਕੀਲਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਜ਼ਮਾਂ ਨੂੰ ਮਿਲਣ ਦੀ ਇਜਾਜ਼ਤ ਦੇਣਾ ਤੇ ਨਜ਼ਰਬੰਦੀ ਦੇ ਆਧਾਰ ਬਾਰੇ ਜਾਣਕਾਰੀ ਦੇਣਾ ਹੈ ਅਮਰਿਤਪਾਲ ਸਿੰਘ ਜਿਥੇ ਕਿ ਐਡਵਾਈਜ਼ਰੀ ਬੋਰਡ ਨੂੰ ਰਿਪੋਰਟ ਦੇਣੀ ਪੈਂਦੀ ਹੈ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਇਸ ਮਾਮਲੇ ਵਿੱਚ ਐਡਵਾਈਜ਼ਰੀ ਬੋਰਡ ਨੂੰ ਐਨਐਸਏ ਲਾਉਣ ਦੇ ਕਾਰਨ ਦੱਸੇ ਨੇ ਇਸ ਸਮਗਰੋਂ ਹੁਣ ਐਡਵਾਈਜ਼ਰੀ ਬੋਰਡ ਦੀ ਆਪਣੀ ਰਿਪੋਰਟ ਹੋਵੇਗੀ ਜੋ ਰਿਪੋਰਟ ਉਹ ਪੇਸ਼ ਕਰਨਗੇ ਇਸ ਰਿਪੋਰਟ ਦੇ ਮੁਤਾਬਕ ਹੀ ਅਗਲਾ ਫੈਸਲਾ ਜਿਹੜਾ ਹੈ ਉਹ ਲਿਆ ਜਾਵੇਗਾ ਜੋ ਹੁਣ ਤੱਕ ਸਾਫ਼ ਹੋ ਪਾਇਆ ਹੈ ਸੋ ਗੱਲ ਕਰੀਏ ਜੀ ਹੋਰ ਨਾ ਖਾਸ ਖਬਰਾਂ ਦੀ ਇਸ ਵਕਤ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਚੱਲਦੇ ਆਂ ਤਿਹਾੜ ਜੇਲ੍ਹ ਦੇ ਵਿੱਚ ਗੈਂਗਵਾਰ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਸ਼ਰਿਆਮ ਕਤਲ ਕਰ ਦਿੱਤਾ ਗਿਆ ਏ ਜਿੱਥੇ ਕਿ ਬੇਹੱਦ ਸੁਰੱਖਿਆ ਮੰਨੀ ਜਾਂਦੀ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ ਗਿਆ ਹੈ ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਦਾਵਾ ਹੈ ਕਿ ਟਿੱਲੂ ਤਾਜਪੁਰੀਆ ਹਾਈ ਸਕਿਉਰਿਟੀ ਵਾਰਡ ਦੇ ਵਿੱਚ ਬੰਦ ਸੀ ਤੇ ਅੱਜ ਸਵੇਰੇ ਉਸ ਉਤੇ ਗੋਗੀ ਗੈਂਗ ਦੇ ਚਾਰ ਬਦਮਾਸ਼ਾਂ ਨੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ ਇਸ ਮਗਰੋਂ ਸਵਾਲ ਖੜੇ ਹੋ ਗਏ ਨੇ ਕਿ ਜੇਕਰ ਟਿੱਲੂ ਤਾਜਪੁਰੀਆ ਹਾਈ ਸਕਿਉਰਿਟੀ ਵਾਰਡ ਸ ਸੀ ਤਾਂ ਇਹ ਹਮਲਾ ਕਿਵੇਂ ਹੋਇਆ ਤੇ ਆਖਰ ਹਾਈ ਸਕਿਉਰਿਟੀ ਵਾਰਡ 'ਚ ਕਿਸ ਤਰ੍ਹਾਂ ਦੀ ਸੁਰੱਖਿਆ ਰਹੀ ਹੋਵੇਗੀ ਹਾਸਲ ਜਾਣਕਾਰੀ ਮੁਤਾਬਕ ਤਿੱਲੂ ਤਾਜਪੁਰੀਆ ਨੂੰ ਪੂਰੇ ਫਿਲਮੀ ਅੰਦਾਜ਼ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੇਲ੍ਹ ਪ੍ਰਸ਼ਾਸਨ ਦਾ ਦਾਵਾ ਹੈ ਕਿ ਗੋਗੀ ਗੈਂਗ ਦੇ ਚਾਰ ਗੁੰਡੇ ਹਾਈ ਸਿਕਿਉਰਿਟੀ ਵਾਰਡ ਵਿੱਚ ਬੰਦ ਸੀ ਇਹ ਵਾਰਡ ਤਿੱਲੂ ਤਾਜਪੁਰੀਆ ਦੇ ਹਾਈ ਸਿਕਿਉਰਿਟੀ ਵਾਰਡ ਦੇ ਉੱਪਰਲੀ ਮੰਜ਼ਲ ਤੇ ਮੌਜੂਦ ਹੈ ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਚਾਰ ਬਦਮਾਸ਼ਾਂ ਨੇ ਪਹਿਲਾਂ ਲੋਹੇ ਦੀ ਗ੍ਰਿਲ ਨੂੰ ਕੱਟਿਆ ਤੇ ਫਿਰ ਘਸਾ ਕੇ ਸੂਏ ਵਾਂਗ ਤਿੱਖਾ ਕਰ ਲਿਆ ਸੀ ਇਸ ਤੋਂ ਬਾਅਦ ਚਾਰਾਂ ਨੇ ਬੈੱਡ ਸ਼ੀਟ ਦੀ ਮਦਦ ਨਾਲ ਪਹਿਲੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਦਿੱਤੀ ਤਿੱਲੂ ਤਾਜਪੁਰੀਆ ਤੇ ਹਮਲਾ ਕਰ ਦਿੱਤਾ ਇਹ ਗੱਲ ਜੇਲ੍ਹ ਪ੍ਰਸ਼ਾਸਨ ਖੁਦ ਦੱਸ ਰਿਹਾ ਹੈ ਹੁਣ ਇਹ ਅਜਿਹੇ ਦੇ ਵਿੱਚ ਸਵਾਲ ਉੱਠਦਾ ਹੈ ਕਿ ਆਖਰ ਇਹ ਕਿਸ ਤਰ੍ਹਾਂ ਦੀ ਉੱਚ ਸੁਰੱਖਿਆ ਵਿਵਸਥਾ ਹੋਈ ਹੈ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਯਾਦ ਰਹੇ ਪਿਛਲੇ 1 ਮਹੀਨੇ ਅੰਦਰ ਤਿਹਾਰ ਜੇਲ੍ਹ ਵਿੱਚ ਕਤਲ ਦੀ ਇਹ ਦੂਜੀ ਘਟਨਾ ਹੈ ਇਸ ਤੋਂ ਪਹਿਲਾਂ 14 ਅਪ੍ਰੈਲ ਦੀ ਸ਼ਾਮ ਨੂੰ ਪ੍ਰਿੰਸ ਤੇਵਤੀਆ ਨਾਂ ਦੇ ਬਦਮਾਸ਼ ਦਾ ਕਤਲ ਕਰ ਦਿੱਤਾ ਗਿਆ ਸੀ ਪ੍ਰਿੰਸ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਤੇ ਤਿੱਲੂ ਗੈਂਗ ਦੇ ਮੈਂਬਰਾਂ ਨੇ ਉਸਤੇ ਹਮਲਾ ਵੀ ਕੀਤਾ ਸੀ ਜਿੱਥੇ ਕਿ ਹੁਣ ਇਹ ਸਾਰੀਆਂ ਚੀਜ਼ਾਂ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਹਾਈ ਸਕਿਉਰਿਟੀ ਵਾਰਡ ਦੇ ਵਿੱਚ ਕਿਸ ਤਰ੍ਹਾਂ ਕਤਲ ਹੋ ਸਕਦਾ ਤੇ ਪੁਲਿਸ ਦੀ ਕਾਰਜਕਾਰੀ ਤੇ ਪੁਲਿਸ ਦੀ ਜਿਹੜੀ ਹੈ ਉਹ ਕਾਰਜਕਾਰੀ ਤੇ ਵੀ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਚੁੱਕੇ ਨੇ ਹਾਲਾਂਕਿ ਕਿਸ ਤਰ੍ਹਾਂ ਜਵਾਬ ਦੇ ਕੌਣ ਹੋਵੇਗਾ ਇਸ ਦਾ ਜਵਾਬ ਮੰਗਿਆ ਜਾਏਗਾ ਜਵਾਬ ਅਜ ਜਨਤਾ ਵੀ ਮੰਗ ਰਹੀ ਹੈ ਤੇ ਇਸ ਦਾ ਜਵਾਬ ਕਿੱਥੋਂ ਕਿਵੇਂ ਮਿਲੇਗਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਇਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ